ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਟੀਵੀ। ਮੈਂ ਹਾਂ ਇੰਗਲੈਂਡ ਤੋਂ ਪੱਤਰਕਾਰ ਸੁਰਿੰਦਰ ਸਿੰਘ ਟੱਡੇ। ਅੱਜ ਅੰਤਰਰਾਸ਼ਟਰੀ ਮਾਂ ਦਿਵਸ ਦੇ ਮੌਕੇ ਤੇ ਅੱਜ ਇੰਗਲੈਂਡ ਦੇ ਸੈਟ ਲੈਕਟਰ ਦੇ ਵਿੱਚ ਪੰਜਾਬੀ ਲੇਡੀਜ਼ ਰਣਜ ਕਲੱਬ ਯੂਕੇ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਜੀ ਉਦਮ ਸਦਕਾ ਅੱਜ ਲੈਕਟਰ 'ਚ ਵਿਸਾਲ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ, ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਰਾਹੀਂ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਹੋਰ ਉੱਚਾ ਚੁੱਕਣ ਲਈ, ਹੋਰ ਉਪਰਾਲੇ ਕਰਨ ਲਈ ਜਿਹੜਾ ਜ਼ੋਰ ਦਿੱਤਾ। ਆਓ ਦਿਖਾਉਂਦੇ ਤੁਹਾਨੂੰ ਇਸ ਸਮਾਗਮ ਦੀਆਂ ਕੁਝ ਝਲਕੀਆਂ। ਮੈਨੂੰ ਰੱਬ ਵੱਲੋਂ ਕਹਿ ਲਓ ਮਿਹਰ ਹੋਈ, ਜਾਂ ਜਿਵੇਂ ਕਈ ਵਾਰੀ ਕਹਿੰਦੇ ਹੁੰਦੇ ਨਾ ਤੁਸੀਂ, ਯੂ ਆਰ ਐਟ ਦ ਰਾਈਟ ਪਲੇਸ ਐਟ ਦ ਰਾਈਟ ਟਾਈਮ। ਸੋ ਮੈਂ ਆਪਣਾ ਜਿਹੜਾ ਕੋਰਸ ਕੀਤਾ ਸੀ, ਮੈਂ ਟੈਕਸਟਾਈਲ ਦੇ ਵਿੱਚ ਕੀਤਾ ਸੀ, ਵੀ ਮੈਨੂੰ ਲੱਗਿਆ ਮੈਨੂੰ ਇੱਥੇ ਕੋਈ ਨਾ ਕੋਈ ਕੰਮ ਮਿਲ ਜਾਊਗਾ ਲੈਸਟਰ ਦੇ ਵਿੱਚ। ਸੋ ਦਿਸ ਇਜ਼ ਆਵਰ ਰਿਸਪੋਂਸਿਬਿਲਟੀ ਟੂ ਨਰਚਰ ਆਵਰ ਹੈਰੀਟੇਜ ਐਂਡ ਆਵਰ ਮਾਂ ਬੋਲੀ ਪੰਜਾਬੀ। ਸੋ ਹਾਓ ਵੀ ਗੋਨਾ ਪਾਸ ਦਿਸ ਰਿਸਪੋਂਸਿਬਿਲਟੀ ਟੂ ਆਵਰ ਕਮਿੰਗ ਜਨਰੇਸ਼ਨਸ, ਵੀ ਹੈਵ ਟੂ ਥਿੰਕ ਅਬਾਊਟ ਦੈਟ। ਸੋ ਬਟ ਆਈ ਥਿੰਕ how all the parents they teach their kids how they need to progress in their life, how they can be successful, in the same way we have to teach them they need to nurture their maa boli Punjabi and why they need to nurture their maa boli Punjabi. As all we know, maa boli Punjabi and our heritage, they are our roots, and we need to connect with our roots very strongly. Strong we connect with our roots, more we will blow. And as all we know, like, we work in diverse communities in our workplaces, and our kids, they are studying in schools kids from diverse communities. So just for an example, if there are 10 people are sitting around in the workplace, or 10 kids sitting together in a school, because you know everybody knows now they teach in the workplaces and in the schools like to respect each other's culture, their traditions, their ethnic, you know, their costumes, their language. If everybody else is just explaining about their traditions, their ethnic and everything, but if our maa boli nu ajj assi yaad karan layi international language jehdi international paddar te eh din manaya ja reha manaun de vich jitna layi mere itthe baithe meriyan satkaarjog bhaino ਅਤੇ ਬਹੁਤ ਪਿਆਰੇ ਵੀਰੋ, ਅਤੇ ਅੱਜ ਤੁਸੀਂ ਮੇਰਾ ਖਿਆਲ ਲੈਸਟਰ ਸ਼ਹਿਰ ਦੀ ਪੰਜਾਬੀ ਕਮਿਊਨਿਟੀ ਦੀ ਤਾਂ ਮੇਰਾ ਖਿਆਲ ਕਰੀਮ ਬੈਠੀ ਆ, ਜੇ ਅਸੀਂ ਇੰਨੇ ਟੁਗੈਦਰ ਹੋ ਕੇ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਨ ਨੂੰ, ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਲਈ ਇੰਨਾ ਯਤਨ ਇਹ ਸਾਰੇ ਸਿਰ ਜੁੜ ਗਏ ਆ ਨਾ, ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਅਸੀਂ ਬਹੁਤ ਵੱਡੀਆਂ ਅਚੀਵਮੈਂਟ ਕਰ ਲਵਾਂਗੇ। ਅਤੇ ਮੇਰੀ ਸਤਿਕਾਰਯੋਗ ਭੈਣ ਜਿਹੜੀ, ਸਾਨੂੰ ਖੁਸ਼ੀ ਦੀ ਗੱਲ ਆ, ਸਾਡੀਆਂ ਭੈਣਾਂ ਨੂੰ ਜਿੱਥੇ ਜਾ ਉਹ ਵੀ ਵਿਕਸਟਨ ਕੌਂਸਲ ਦੀ ਲੀਡਰ ਹੈਗੇ ਆ, ਅਤੇ ਮੈਨੂੰ ਲੱਗਦਾ ਇਹ ਵੀ ਕੁਛ ਸਾਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਇੱਧਰ ਨੂੰ ਇੰਸਪਾਇਰ ਕਰਨਗੇ। ਅਤੇ ਹੋਰ ਵੀ ਮੇਰੇ ਖਿਆਲ ਜਿੰਨੇ ਸਾਰੇ ਮੇਰੇ ਬੀਟ ਬੈਠੇ ਹੈਗੇ ਆ ਇੱਧਰ, ਕੁਲਵਿੰਦਰ ਹੁਣੀ ਹੈਗੇ ਆ, ਸਾਰਿਆਂ ਨੇ ਕੰਮ ਕੀਤਾ, ਪੋਲੀ ਸਾਡੇ ਇੱਥੇ ਸਟਾਰ ਪ੍ਰਜੈਂਟਰ ਆ ਕੋਹਿਨੂਰ ਦੇ, ਸੰਗੀਤਾ ਜੀ ਹੈਗੇ ਆ, ਅਤੇ ਇੱਧਰ ਭੈਣ ਸ਼ਿੰਦਰ ਕੌਰ, ਅਤੇ ਹੋਰ ਜਿਹੜਾ ਹੈਗਾ ਸਾਡੇ ਕਲਾਕਾਰ ਚੀਨੀ, ਇਹਨਾਂ ਨੇ ਸੇਵਾ ਕੀਤੀ, ਦਲਜੀਤ ਹੋਣੀ, ਇਹਨਾਂ ਨੇ ਬਹੁਤ ਵੱਡੇ ਐਫਰਟਸ ਕੀਤੀਆਂ ਇਹਨਾਂ ਨੇ ਬਹੁਤ। ਇੱਧਰ ਮੇਰੇ ਭਾਅ ਜੀ ਇਹ ਵੀ ਬਹੁਤ ਵਧੀਆ ਵਧੀਆ ਇਹਨਾਂ ਨੇ ਗੀਤ ਦਿੱਤੇ, ਹੈਲਥ ਸਰਵਿਸ ਵਿੱਚ ਵੀ ਸੇਵਾ ਕੀਤੀ ਇੱਥੇ, ਡਾਕਟਰ ਸੁਜਾਨ ਸਿੰਘ, ਇਹ ਵੀ ਕਿਸੇ ਗੱਲ ਦਾ ਨੂੰ ਮਤਲਬ ਹਰ ਇਹਨਾਂ ਨੇ ਪੋਲੀਟੀਕਲ ਖੇਤਰ ਵਿੱਚ ਵੀ ਜਿਹੜੀ ਵੀ ਇਹ ਸਮਝਦੇ ਆ ਉੱਥੇ ਪੰਜਾਬ ਨਾਲ ਵੀ ਜੁੜੇ ਹੋ ਪਏ ਆ, ਉੱਥੇ ਦੀ ਰਾਜਨੀਤੀ 'ਚ ਵੀ ਦਿਲਚਸਪੀ ਰੱਖਦੇ ਆ, ਬਹੁਤ ਹੈਗੀ ਆ। ਇਹਦੇ ਮੇਰਾ ਖਿਆਲ
ਮੇਰੀ ਭੈਣ ਇੱਥੇ ਗੁਰਪ੍ਰੀਤ ਜਿਹੜੀ ਸੀ ਹੈਗੀ ਆ ਇੱਥੇ ਹੁਣੇ ਗਏ ਆ ਅਤੇ ਉਹਨਾਂ ਨੇ ਕਾਫੀ ਉਹਨਾਂ ਦਾ ਮੇਰਾ ਖਿਆਲ ਆਹ ਜਿਹੜਾ ਹੈਗਾ ਮੁੱਢ ਦੇ ਵਿੱਚ ਉਹਨਾਂ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਆ ਅਤੇ ਮੇਰਾ ਖਿਆਲ ਉਦੋਂ ਜਦੋਂ ਪੰਜਾਬੀ ਦਾ ਥੋੜ੍ਹੇ ਹੁੰਦੇ ਸੀ ਇਹ ਮੇਰਾ ਖਿਆਲ ਗੁਰਪ੍ਰੀਤ ਹੁਣੀ BBC ਤੋਂ ਸ਼ੁਰੂ ਕੀਤਾ ਸੀ ਬਾਅਦ 'ਚ ਦਲਜੀਤ ਹੁਣੀ ਵੀ ਜੁਆਇਨ ਕਰ ਲਿਆ ਸੀਗਾ ਅਤੇ ਇਹਨਾਂ ਨੇ ਵੀ ਬਹੁਤ ਵੱਡਾ ਉਸ ਵੇਲੇ ਕੀਤਾ ਵਿਰਕ ਸਾਹਿਬ ਜਿਹੜੇ ਆ ਮੇਰਾ ਉਦੋਂ ਗੁਰਪ੍ਰੀਤ ਦੇ ਪ੍ਰੋਗਰਾਮ ਤੋਂ ਹੀ ਪ੍ਰਭਾਵਿਤ ਹੋ ਕੇ ਇਹਨਾਂ ਨੇ ਪੰਜਾਬੀ ਲਿਸਨਰ ਕਲੱਬ ਸਟਾਰਟ ਕੀਤਾ ਸੀਗਾ ਮੇਰਾ ਖਿਆਲ ਸਾਰੇ ਬੰਦਿਆਂ ਦੀ ਪਾਸੇ ਬਹੁਤ ਵੱਡੀਆਂ ਐਫਰਟਸ ਕੀਤੀਆਂ ਹੈਗੀਆਂ ਅਤੇ ਮੈਂ ਅੱਜ ਜਿੱਥੇ ਅਸੀਂ ਮਾਂ ਬੋਲੀ ਦਿਵਸ ਮਨਾ ਰਹੇ ਹਾਂ ਤਾਂ ਮੈਂ ਉਹਨਾਂ ਲੋਕਾਂ ਨੂੰ ਜ਼ਰੂਰ ਯਾਦ ਕਰਨਾ ਚਾਹਾਂਗੇ ਅਸੀਂ ਸਾਰੇ ਜਿਨ੍ਹਾਂ ਨੇ ਉਸ ਵੇਲੇ ਈਸਟ ਪਾਕਿਸਤਾਨ ਜਿਹੜਾ ਕਿ ਬੰਗਲਾਦੇਸ਼ ਉਸ ਵੇਲੇ ਦਾ ਅੱਜ ਬੰਗਲਾਦੇਸ਼ ਹੈਗਾ ਜਿੱਥੇ ਸਟੂਡੈਂਟਾਂ ਨੇ ਉਹਨਾਂ ਵਿੱਚ ਦੇ ਮਾਂ ਬੋਲੀ ਬੰਗਾਲੀ ਨੂੰ ਛੱਡ ਕੇ ਉੱਥੇ ਠੋਸਣ ਦੀ ਕੋਸ਼ਿਸ਼ ਕੀਤੀ ਸੀ ਉਰਦੂ ਭਾਸ਼ਾ ਅਤੇ ਉਸ ਵੇਲੇ ਸਮੇਂ ਦੀ ਹਕੂਮਤ ਨੇ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀਗਾ ਅਸੀਂ ਅੱਜ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦਾ ਸਤਿਕਾਰ ਦੇ ਵਿੱਚੋਂ ਐਡਾ ਵੱਡਾ ਘਾਲਣਾ ਕੀਤੀਆਂ ਉਹਨਾਂ ਨੂੰ ਯਾਦ ਕਰਦੇ ਹਾਂ ਆਪਣੇ ਦਿਲੋਂ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ ਜਿਹੜੇ ਅੱਜ ਕੱਲ੍ਹ ਸਾਡੇ ਮਸਲੇ ਹੁੰਦੇ ਆ ਕਾਫੀ ਵਧੀਆ ਵਧੀਆ ਇਹ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਕੋਈ ਨੂੰ ਰੇਡੀਓ 'ਤੇ ਵੀ ਕਰਦੇ ਆ ਅਤੇ ਲਗਾਤਾਰ ਸੇਵਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਤਹਿਤ ਕਾਫੀ ਲੋਕਾਂ ਦੀ ਮਦਦ ਕਰ ਚੁੱਕੇ ਆ ਤੇ ਕਰ ਵੀ ਰਹੇ ਆ ਸੋ ਉਹਨਾਂ ਨੇ ਬੋਲਣਾ ਇੱਕ ਆਹ ਕਵਿਤਾ ਮੈਨੂੰ ਭੇਜੀ ਆ ਤਲੋਚਨ ਸਿੰਘ ਵਿਰਕ ਚੰਨ ਜੰਡਿਆਲ ਵੀ ਜਿਹੜੇ ਅੱਜ ਉਹ ਆ ਨਹੀਂ ਸਕੇ ਅਤੇ ਮੈਂ ਵੀ ਪਹਿਲੀ ਵਾਰੀ ਕਵਿਤਾ ਕਹਿਣ ਲੱਗਾ ਸੋ ਇਸ ਕਰਕੇ ਇਹਦੇ ਵਿੱਚ ਉਹ ਫੋਨ ਤੋਂ ਦੇਖ ਕੇ ਵੀ ਦੇਖਦਾ ਕਿੱਦਾਂ ਬੋਲ ਹੁੰਦਾ ਸੋ ਚੰਨ ਜੰਡਿਆਲ ਵੀ ਜੀ ਉਹਨਾਂ ਨੇ ਕਿਹਾ ਵੀ ਉਹ ਸਾਡੇ ਵੱਲੋਂ ਜ਼ਰੂਰ ਪੜ੍ਹਿਓ ਉਹਨਾਂ ਨੇ ਕਵਿਤਾ ਲਿਖੀ ਆ ਮਾਂ ਬੋਲੀ ਪੰਜਾਬੀ ਤੇ ਮੇਰੀ ਮਾਂ ਬੋਲੀ ਪੰਜਾਬੀ ਤੇਰੀ ਚੜ੍ਹਦੀ ਸ਼ਾਨ ਰਹੇ ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ 'ਚ ਮਾਣ ਰਹੇ ਮੇਰੇ ਸੱਚੇ ਧੰਨ ਗੁਰੂ ਨਾਨਕ ਨੇ ਤੇਰੀ ਝੋਲ ਨਗੀਨੇ ਭਰ ਦਿੱਤੇ ਮਾਂ ਬੁੱਲੇ ਵਾਰਿਸ ਨੂਰਪੁਰੀ ਸ਼ਿਵ ਰੁਤਬੇ ਉੱਚੇ ਕਰ ਦਿੱਤੇ ਜੋ ਜੋ ਵੀ ਜਿੰਨੇ ਵੀ ਜੋਗੇ ਸਭ ਲਾਉਂਦੇ ਤਾਣ ਰਹੇ ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿੱਚ ਮਾਣ ਰਹੇ ਮੇਰੀ ਅੰਮੜੀ ਨੇ ਜਦ ਦਿੱਤੀਆਂ ਮੈਨੂੰ ਲੋਰੀਆਂ ਵਿੱਚ ਪੰਜਾਬੀ ਦੇ ਅੰਬਰਾਂ ਦੇ ਤਾਰੇ ਊਂਗ ਪਏ ਹੋਏ ਜਾਦੂ ਨੀਂਦ ਗੁਲਾਬੀ ਦੇ ਰਸ ਭਿੰਨੜੇ ਮਿੱਠੇ ਬੋਲਾਂ ਦੀ ਪੈਂਦੀ ਗੂੰਜਣ ਰਹੇ ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿੱਚ ਮਾਣ ਰਹੇ ਉਹ ਗਿੱਧੇ ਭੰਗੜੇ ਤ੍ਰਿੰਝਣਾਂ ਦੇ ਵਿੱਚ ਤੇਰੀ ਬੱਲੇ ਬੱਲੇ ਮਾਂ ਅੱਜ ਪੂਰਬ ਪੱਛਮ ਉੱਤਰ ਦੱਖਣ ਤੇਰੇ ਹੀ ਪੁੱਤਰਾਂ ਮੱਲੇ ਮਾਂ ਦੇ ਵਾਰ ਚੰਨ ਜੰਡਿਆਲਵੀ ਨੂੰ ਤੇਰਾ ਉੱਚਾ ਸਦਾ ਨਿਸ਼ਾਨ ਰਹੇ ਤੇਰੀ ਚੜ੍ਹਦੀ ਕਲਾ ਹੋਵੇ ਤੇਰਾ ਜੱਗ ਵਿੱਚ ਮਾਣ ਰਹੇ ਮਾਂ ਬੋਲੀ ਮਾਂ ਜਨਨੀ ਦਾ ਜਿਸ ਦਿਲ ਅੰਦਰ ਅਹਿਸਾਨ ਨਹੀਂ ਹੈਵਾਨ ਸ਼ੈਤਾਨ ਤਾਂ ਹੋ ਸਕਦਾ ਪਰ ਇਨਸਾਨ ਨਹੀਂ ਮੇਰੀ ਪੈਦਾਇਸ਼ ਲੈਸਟਰ ਦੀ ਆ ਪਰ ਮੇਰੇ ਜਿਹੜੇ ਵਾਲਿਦ ਸਾਹਿਬ ਹੀ ਵਾਸ ਮਿਲਾ ਦਾ ਫਸਟ ਪੰਜਾਬੀ ਜਿਹੜੇ ਲੈਸਟਰ 'ਚ ਪਹੁੰਚੇ ਸਾਡਾ ਦਾਦਾ ਇੱਥੇ ਲੈਸਟਰ 'ਚ ਆਇਆ ਸੀ 1919 ਉਹ ਗਏ ਸੀਗੇ ਸਾਡਾ ਪਿੰਡ ਹੈਗਾ ਤਲਵਨ ਜਲੰਧਰ 'ਚ ਜਲੰਧਰ ਉਹਨਾਂ ਨੇ ਫਿਰ ਉਹ ਸਟੀਮਰ ਫੜਿਆ ਲਿਵਰਪੂਲ ਤੱਕ ਪਹੁੰਚੇ
ਲਿਵਰਪੂਲ ਤੋਂ ਟ੍ਰੇਨ ਫੜ ਕੇ 1990 ਚੋਂ ਲੈਸਟਰ ਆਏ। ਵਜ੍ਹਾ ਇਸ ਵਾਸਤੇ ਲੈਸਟਰ ਕਿਉਂ ਆਏ ਆ ਕਿ ਇਹ ਕੱਪੜੇ ਦੀ ਇੰਡਸਟਰੀ ਸਾਰੀ ਵਰਲਡ ਦੇ ਵਿੱਚ ਇਹ ਮਸ਼ਹੂਰ ਸੀ, ਤਾਂ ਉਹਨਾਂ ਨੇ ਸੋਚਿਆ ਇਸ ਕਰਕੇ ਚੱਲ ਮੈਂ ਲੈਸਟਰ ਜਾਂਦਾ, ਉੱਥੇ ਜਾ ਕੇ ਕੋਟੀ ਲੈਂਦਾ ਤਾਂ ਜਰਾਬਾ ਜੋ ਵੀ ਮਤਲਬ ਹੁੰਦਾ। ਤਾਂ ਉਹ ਲੈਸਟਰ ਆਏ ਉਸ ਵੇਲੇ 1990 'ਚ, ਤਾਂ ਲੈਸਟਰ ਉਹ ਉਹਨਾਂ ਨੂੰ ਪਸੰਦ ਆ ਗਿਆ ਅਤੇ ਇੱਥੇ ਮਤਲਬ ਲੱਗਦਾ ਸਾਲ ਡੇਢ ਸਾਲ ਰਹੇ ਉੱਥੇ ਇੱਥੇ ਲੈਸਟਰ 'ਚ। ਫਿਰ ਵਾਪਸ ਇੰਡੀਆ ਚਲੇ ਗਏ ਤਾਂ ਫਿਰ ਦੁਬਾਰਾ ਆਏ 1920s 1930s। ਫਿਰ ਮੇਰੇ ਡੈਡ 1938 ਲੈਸਟਰ ਆਏ, 17-18 ਸਾਲ ਦੇ ਸੀ ਉਦੋਂ ਜਦੋਂ ਲੈਸਟਰ ਆਏ ਆ। ਉਸ ਤੋਂ ਬਾਅਦ ਸਾਡੇ ਡੈਡੀ ਇੱਥੇ ਲੈਸਟਰ 'ਚ ਰਹੇ ਆ, ਸਾਡੀ ਫੈਮਿਲੀ ਦਾ ਲਿੰਕ ਹੈਗਾ 1990 ਪੰਜਾਬੀ ਦਾ ਲਿੰਕ ਹੈਗਾ 1990 ਦਾ ਲੈਸਟਰ ਦਾ ਇਸ ਸ਼ਹਿਰ ਦਾ ਨਾਮ। ਤਾਂ ਮੈਂ ਡੈਡੀ ਨੂੰ ਹਮੇਸ਼ਾ ਕਹਿੰਦਾ ਸੀ ਮੈਂ ਕਿਹਾ ਲੈਸਟਰ ਕਿਉਂ? ਕਹਿੰਦੇ ਜਿਸਲੇ ਧੁੱਪ ਪੈਂਦੀ, ਜਿਸਲੇ ਇੱਥੇ ਮੌਸਮ ਅੱਛਾ ਹੁੰਦਾ, ਇੱਥੇ ਇੱਥੇ ਨਾ ਕੋਈ ਹੋਰ ਸ਼ਹਿਰ ਨਹੀਂ ਹੈਗਾ ਰਹਿਣਾ। ਪਰ ਉਹ ਹਮੇਸ਼ਾ ਉਹਨਾਂ ਦੀ ਯਾਦਾਸ਼ਤ ਹੁੰਦੀ ਸੀ ਕਿ ਇੰਡੀਆ ਦੇ ਵਿੱਚ ਕਿ ਪੰਜਾਬ ਸਾਡਾ ਕਿੱਦਾਂ ਦਾ ਸੀਗਾ। ਜਲੰਧਰ ਉਹ ਡਿਸਟ੍ਰਿਕਟ ਹਾਈ ਸਕੂਲ ਨਕੋਦਰ 'ਚ ਪੜ੍ਹੇ ਇਸ ਕੇ, ਐਂਡ ਹੀ ਓਲਵੇਜ਼ ਰਿਮੈਂਬਰ, ਉਹਦੇ ਬੜੀ ਫੌਂਡ ਮੈਮਰੀਜ਼ ਆ ਪੰਜਾਬ ਦੀ, ਖਾਸ ਕਰ ਜਿਸਦੇ ਉਹ ਛੋਟਾ ਬੱਚਾ ਉਹ ਜਿਸਦੇ ਗਰੋਇੰਗ ਅਪ। ਸੋ ਮੇਰੀ ਜਿਹੜੀ ਪੰਜਾਬੀ ਆ, ਮੇਰੀ ਅੰਮੀ ਪੰਜਾਬੀ ਬੋਲਦੀ ਸੀ ਹੁਸ਼ਿਆਰਪੁਰ ਦੇ ਸੀਗੇ ਨਾਨਕੇ ਸਾਡੇ, ਤਾਂ ਇਸ ਵਾਸਤੇ ਸਾਡੇ ਮਤਲਬ ਥੋੜ੍ਹੇ ਪਾਸੇ ਪੰਜਾਬੀ ਬੋਲਦੇ ਸੀਗੇ, ਤਾਂ ਮੈਨੂੰ ਵੀ ਥੋੜ੍ਹੀ ਜਿਹੀ ਲੈਂਗੁਏਜ ਆ ਗਈ। ਐਂਡ ਲੈਂਗੁਏਜ ਮਤਲਬ ਜਿਸਲੇ ਸਾਡੇ ਵਾਸਤੇ ਜਿਹੜੇ ਅਸੀਂ ਪੋਲੀਟੀਕਲ ਮਤਲਬ ਡੋਰ ਨੋਕ ਕਰਦੇ ਹਾਂ ਕਿਸੇ ਦੇ ਡੋਰ ਦੇ ਉੱਤੇ ਆਉਂਦਾ, ਖਾਸ ਕਰ ਜਿਹੜੇ ਬਜ਼ੁਰਗ ਬੰਦਾ, ਉਹਨਾਂ ਨੂੰ ਬੰਦਾ ਉਹ ਪਹਿਲਾਂ ਮੂੰਹ ਵੱਲ ਦੇਖਦੇ ਆ ਕਿ ਇਹਨੂੰ ਆ ਲੈਂਗੁਏਜ ਸਾਡੀ ਆਉਂਦੀ ਕਿ ਨਹੀਂ ਆਉਂਦੀ। ਤਾਂ ਮੈਂ ਉਸ ਵੇਲੇ ਮੈਂ ਫਿਰ ਕੋਸ਼ਿਸ਼ ਕਰਦਾ ਕਿ ਇਹ ਕਿਹੜੀ ਲੈਂਗੁਏਜ ਬੋਲਦੇ ਆ, ਪੰਜਾਬੀ ਬੋਲਦੇ, ਹਿੰਦੀ ਬੋਲਦੇ ਆ, ਮੇਮਨ ਬੋਲਦੇ ਆ। ਜੇ ਤੁਸੀਂ ਉਹ ਲੈਂਗੁਏਜ ਦਾ ਬੈਰੀਅਰ ਤੁਸੀਂ ਬ੍ਰੇਕ ਕਰ ਸਕਦੇ ਹੋ, ਉਹਨਾਂ ਨਾਲ ਗੱਲਬਾਤ ਕਰ ਸਕਦੇ, ਉਹਦੇ ਨਾਲ ਕੋਈ ਮਤਲਬ ਉਹਨਾਂ ਵਾਸਤੇ ਬੜੀ ਰੀਅਸ਼ੋਰੈਂਸ ਹੋ ਜਾਂਦੀ। ਹੁਣ ਮੈਨੂੰ ਜਾਇਜ਼ ਤੁਸੀਂ ਦੇਖਦੇ ਰਹਿਣਾ ਜੇ ਤਾਂ ਜੀਰੋ ਐਫ ਟੀ ਵੀ, ਮੈਂ ਅੱਗੇ ਤੋਂ ਜੋ ਕਦੇ ਹੋਰ ਅਪਡੇਟ ਲੈ ਕੇ ਤੁਹਾਡੇ ਹੁੰਦਾ ਰਹੇ ਜ਼ਰੂਰ। ਸਤਿ ਸ਼੍ਰੀ ਅਕਾਲ।